ਦੋਸਤੋ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬ ਜੋਬ ਅਪਡੇਟ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ IBPS ਯਾਨੀ ਕਿ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਵੱਲੋਂ ਕੱਢੀਆਂ ਗਈਆਂ ਗ੍ਰਾਮੀਨ ਬੈਂਕ ਦੇ ਵਿੱਚ ਕਲਰਕਾਂ ਦੀਆਂ ਪੋਸਟਾਂ ਬਾਰੇ ਇਹਨਾਂ ਪੋਸਟਾਂ ਦੀ ਕੀ ਗਿਣਤੀ ਹੈ ਤੁਸੀਂ ਕਿਵੇਂ ਇਹਨਾਂ ਪੋਸਟਾਂ ਉੱਪਰਲਾਈ ਕਰ ਸਕਦੇ ਹੋ ਅਤੇ ਕੀ ਇਹਨਾਂ ਦੇ ਵਿੱਚ ਕੁਲਿਜੀਬਿਲਟੀ ਮੰਗੀ ਹੈ ਇਸ ਦੀ ਸਾਰੀ ਜਾਣਕਾਰੀ ਜੋ ਹੈ ਤੁਹਾਨੂੰ ਇਸ ਵੀਡੀਓ ਦੇ ਰਹੀ ਦਵਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪੰਜਾਬ ਵਿੱਚ ਨਿਕਲਣ ਵਾਲੀਆਂ ਨਵੇਂ-ਨਵੇਂ ਪੋਸਟਾਂ ਬਾਰੇ ਜੋ ਹੈ ਉਹ ਪਤਾ ਲੱਗਦਾ ਰਹੇ ਦੋਸਤੋ ਆਪਾਂ ਗੱਲ ਕਰਦੇ ਹਾਂ ਆਈਬੀਪੀਐਸ ਕਲਰਕ ਦੀਆਂ ਜੋ ਪੋਸਟਾਂ ਕੱਢੀਆਂ ਗਈਆਂ ਨੇ ਉਹਨਾਂ ਦੀ ਟੋਟਲ ਗਿਣਤੀ ਜੋ ਹੈ ਉਹ 7855 ਯਾਨੀ ਕਿ 7875 55 ਜੋ ਟੋਟਲ ਪੋਸਟਾਂ ਨੇ ਉਹ ਕੱਢੀਆਂ ਗਈਆਂ ਨੇ ਅਤੇ ਇਹ ਪੋਸਟਾਂ ਦੀ ਜੇਕਰ ਆਪਾਂ ਦੀ ਐਪਲੀਕੇਸ਼ਨ ਡੇਟ ਫੀਲਿੰਗ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਡੇਟ ਜੋ ਹੈ ਉਹ 7 ਅਕਤੂਬਰ 2021 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜੋ ਹੈ ਉਹ 27 ਅਕਤੂਬਰ 2021 ਹੈ ਅਤੇ ਜੇਕਰ ਤੁਹਾਡਾ ਫਾਰਮ ਗਲਤ ਭਰਿਆ ਜਾਂਦਾ ਹੈ ਤੇ ਉਸ ਨੂੰ ਤੁਸੀਂ ਐਡਿਟ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਡੇਟ ਜੋ ਹੈ ਉਹ 7 ਅਕਤੂਬਰ ਤੋਂ ਲੈ ਕੇ 27 ਅਕਤੂਬਰ ਤੱਕ ਹੀ ਤੁਸੀਂ ਉਹਨਾਂ ਆਪਣੇ ਫਾਰਮ ਨੂੰ ਜੋ ਹੈ ਉਹ ਐਡਿਟ ਕਰ ਸਕਦੇ ਹੋ ਦੋਸਤੋ ਅੱਗੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਪੋਸਟਾਂ ਦੇ ਐਗਜ਼ਾਮ ਦੀ ਤਾਨੂੰ ਦੱਸ ਦਈਏ ਕਿ ਇਸ ਦੇ ਪ੍ਰੀ ਦੋ ਇਗਜ਼ਾਮ ਹੋਣਿਆ ਨੇ ਇੱਕ ਪ੍ਰੀ ਅਤੇ ਇੱਕ ਮੇਨ ਪ੍ਰੀ ਇਗਜ਼ਾਮ ਜੋ ਹੈ ਤੁਹਾਡਾ ਨਵੰਬਰ ਦੇ ਵਿੱਚ ਹੋਵੇਗਾ ਅਤੇ ਇਸ ਦੇ ਨਾਲ ਹੀ ਤੁਹਾਡਾ ਮੇਨ ਇਗਜ਼ਾਮ ਜੋ ਹੈ ਉਹ ਤੁਹਾਡਾ ਜੋ ਹੈ ਉਹ ਜਨਵਰੀ ਦੇ ਵਿੱਚ ਹੋਵੇਗਾ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਪੋਸਟਾਂ ਦੀ ਫੀਸ ਬਾਰੇ ਫੀਸ ਬਾਰੇ ਜੇਕਰ ਤੁਹਾਨੂੰ ਦੱਸ ਦਈਏ ਤਾਂ ਜਰਨਲ ਅਤੇ ਬੀਸੀ ਕੈਂਡੀਡੇਟ ਦੇ ਲਈ ਜੋ ਫੀਸ ਹੈ ਉਹ 850 ਰੁਪਏ ਹੋਵੇਗੀ ਅਤੇ ਇਸ ਦੇ ਨਾਲ ਹੀ ਐਸਸੀ ਐਸਟੀ ਪੀਡਬਲਯੂਡੀ ਅਤੇ ਐਕਸ ਸਰਵਿਸ ਮੈਨ ਕੈਂਡੀਡੇਟ ਦੇ ਲਈ ਜੋ ਫੀਸ ਹੈ ਉਹ 175 ਰੁਪਏ ਹੋਵੇਗੀ ਇਹ ਫੀਸ ਜੋ ਹੈ ਤੁਸੀਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਫਿਰ ਇੰਟਰਨੈਟ ਬੈਂਕਿੰਗ ਨਾਲ ਹੀ ਜੋ ਹੈ ਉਹ ਭਰ ਸਕਦੇ ਹੋ ਦੋਸਤੋ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਪੋਸਟਾਂ ਵਿੱਚ ਕੀ ਏਜ ਜੋ ਹੈ ਉਹ ਮੰਗੀ ਹੈ ਤਾਂ ਤੁਸੀਂ ਦੇ ਸਕਦੇ ਹੋ ਕੋਈ ਮਿਨੀਮਮ 20 ইয়ার্স ਏਜ ਅਤੇ ਮੈਕਸਿਮਮ ਜੋ ਹੈ 28 ইয়ার ਏਜ ਵਾਰੇ ਇਹਨਾਂ ਪੋਸਟਾਂ ਨੂੰ ਜੋ ਹੈ ਅਪਲਾਈ ਕਰ ਸਕਦੇ ਹੋ 20 ਸਾਲ ਤੋਂ ਲੈ ਕੇ 28 ਸਾਲ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਪਾਸ ਕੋਈ ਵੀ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਜੋ ਹੈ ਅਪਲਾਈ ਕਰ ਸਕਦਾ ਹੈ ਜੇਕਰ ਤੁਸੀਂ ਬੀਏ, ਬੀਐਸਸੀ, ਬੀਸੀਏ ਜੋ ਵੀ ਕੀਤੀ ਹੈ ਗ੍ਰੈਜੂਏਸ਼ਨ ਕੋਈ ਵੀ ਕੋਰਸ ਕੀਤਾ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਐਲੀਜੀਬਲ ਹੋ ਜਾਂਦੇ ਹੋ ਦੋਸਤੋ ਅੱਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਸਟੇਟ ਵਾਈਜ਼ ਇੱਥੇ ਪੋਸਟਾਂ ਦੀ ਹੈ ਜੋ ਵੰਡ ਜੋ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਟੇਟ ਦਾ ਨਾਮ ਲਿਖਿਆ ਹੈ ਤੇ ਇਧਰਲੇ ਪਾਸੇ ਟੋਟਲ ਪੋਸਟਾਂ ਜੋ ਸਟੇਟ ਦੇ ਵਿੱਚ ਕੱਢੇ ਗਏ ਨੇ ਉਸਦੇ ਬਾਰੇ ਇੱਥੇ ਲਿਖਿਆ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ ਪੰਜਾਬ ਵਿੱਚ 352 50 ਪੋਸਟਾਂ ਜੁਨੇ ਉਹ ਕੱਢੀਆਂ ਗਈਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਪੋਸਟਾਂ ਨੂੰ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਤਾਂ ਤੁਸੀਂ ਰਜਿਸਟ੍ਰੇਸ਼ਨ ਨਾਂ ਦੇ ਲਿੰਕ ਉੱਪਰ ਜਾ ਕੇ ਇਹਨਾਂ ਪੋਸਟਾਂ ਨੂੰ ਜੋ ਹੈ ਅਪਲਾਈ ਕਰ ਸਕਦੇ ਹੋ ਨੋਟੀਫਿਕੇਸ਼ਨ ਜੇਕਰ ਤੁਸੀਂ ਇਹਨਾਂ ਪੋਸਟਾਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਇੱਥੋਂ ਆ ਨੋਟੀਫਿਕੇਸ਼ਨ ਦੇ ਇੱਥੇ ਲਿੰਕ ਦਿੱਤਾ ਹੈ ਉਸ ਨੂੰ ਡਾਊਨਲੋਡ ਕਰਕੇ ਜੋ ਇੱਥੇ ਉਹ ਦੇਖ ਸਕਦੇ ਹੋ ਦੋਸਤੋ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਜੋ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦਾ ਲਿੰਕ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਇਹਨਾਂ ਪੋਸਟਾਂ ਨੂੰ ਜੋ ਹੈ ਆਸਾਨੀ ਨਾਲ ਅਪਲਾਈ ਕਰ ਸਕੋ ਜੇਕਰ ਤੁਹਾਨੂੰ ਅਪਲਾਈ ਕਰਨ ਦੇ ਦੌਰਾਨ ਕੋਈ ਦਿੱਕਤ ਪੈ ਜਾਂਦੀ ਹੈ ਤਾਂ ਤੁਸੀਂ ਸਾਡੇ ਤੋਂ ਵੀ ਆਪਣਾ ਫਾਰਮ ਜੋ ਹੈ ਉਹ ਫਿਲ ਕਰਵਾ ਸਕਦੇ ਹੋ ਦੋਸਤੋ ਅਸੀਂ ਆਪਣਾ ਨੰਬਰ ਜੋ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਦੋਸਤੋ ਧੰਨਵਾਦ ਦੋਸਤੋ